ਦੇਖੋ ਜੀ, ਜਿਹੜਾ ਇਹ ਪ੍ਰਸਤਾਵ ਗੌਰਮੈਂਟ ਦਾ ਸੀ, ਪ੍ਰਸਤਾਵ ਅਸੀਂ ਬੇਸ਼ੱਕ ਲੈ ਗਏ ਸੀ, ਪਰ ਇੱਕ ਗੱਲ ਕਲੀਅਰ ਕਰ ਗਏ ਸੀ, ਸਾਡੀ ਪੋਜੀਸ਼ਨ ਰਿਪੀਲ 'ਤੇ ਆ। ਪਰ ਅਸੀਂ ਇਹਨੂੰ ਵਿਚਾਰਾਂਗੇ, ਅਸੀਂ ਆਪਦੀ ਪੂਰੀ ਡੈਮੋਕ੍ਰੇਟਿਕ ਢੰਗ ਨਾਲ ਚੱਲਦੇ ਹਾਂ, ਪੂਰੀ ਕਮਿਟਮੈਂਟ ਨਾਲ ਉੱਥੇ ਵਿਚਾਰਿਆ। ਹਰੇਕ ਸਟੇਟ ਨੇ ਆਪਦੀਆਂ ਮੀਟਿੰਗਾਂ ਕੀਤੀਆਂ, ਜਿਵੇਂ ਹਰਿਆਣੇ ਨੇ ਕੀਤੀ, ਯੂਪੀ ਨੇ ਕੀਤੀ, ਪੰਜਾਬ ਨੇ ਕੀਤੀ। ਉਦੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ, ਸਟੇਟਾਂ ਦੀ ਮੀਟਿੰਗਾਂ 'ਚ ਵੀ ਅਤੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ 'ਚ ਆਊਟਰਾਈਟਲੀ ਐਬਸੋਲਿਊਟ ਮੈਜੋਰਿਟੀ ਨਾਲ ਇਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਗਿਆ। ਰੱਦ ਕਿਉਂ ਕੀਤਾ ਗਿਆ? ਕਿਉਂਕਿ ਉਹ ਕਹਿੰਦੇ ਸਸਪੈਂਡ ਦਾ ਕੀ ਮਤਲਬ ਹੁੰਦਾ? ਸਸਪੈਂਡ ਚੀਜ਼ ਨੂੰ ਜਦੋਂ ਮਰਜ਼ੀ ਬਹਾਲ ਕਰ ਦੇਣ। ਅਸੀਂ ਮਤਲਬ ਲੋਕਾਂ ਨੂੰ ਲੈ ਕੇ ਆਏ ਹਾਂ, ਮਤਲਬ ਸਾਡੇ ਨਾਲ ਕਿਸਾਨ ਆਏ ਨੇ ਪਹਿਲਾਂ, ਫਿਰ ਆਮ ਲੋਕ ਆਏ ਨੇ। ਇੱਕ ਮਤਲਬ ਪੰਜਾਬ ਤੋਂ ਸੰਘਰਸ਼ ਸ਼ੁਰੂ ਹੋਇਆ ਸੀ, ਹਰਿਆਣਾ ਨਾਲ ਲੱਗ ਗਿਆ, ਇਹ ਦੇਸ਼ ਵਿਆਪੀ ਬਣ ਗਿਆ, ਹੁਣ ਸੰਸਾਰ ਵਿਆਪੀ ਬਣ ਗਿਆ। ਇਹਨਾਂ ਗੱਲਾਂ 'ਤੇ ਵੀ ਇਹ ਤਿੰਨ ਕਾਨੂੰਨ ਜਿਹੜੇ ਨੇ ਖੇਤੀ ਖੇਤਰ ਨੂੰ ਤਬਾਹ ਹੀ ਨਹੀਂ ਕਰਨਗੇ, ਇਹ ਆਮ ਲਕਾਈ ਦਾ ਵੀ ਵੱਡਾ ਨੁਕਸਾਨ ਕਰਨਗੇ। ਜਨਤਕ ਵੰਡ ਪ੍ਰਣਾਲੀ ਖਤਮ ਹੋ ਜਾਏਗੀ, ਸ਼ਹਿਰੀ ਗਰੀਬ ਵੀ ਖਤਮ ਹੋਊਗਾ, ਪੇਂਡੂ ਗਰੀਬ ਨੂੰ ਵੀ ਕੁਛ ਨਹੀਂ ਮਿਲੇਗਾ। ਇਸ ਕਰਕੇ ਸਾਰਿਆਂ ਨੇ ਆਊਟਰਾਈਟਲੀ, ਆਮ ਲੋਕਾਂ ਨੇ ਅਤੇ ਜਿਹੜੇ ਸਾਡੇ ਸੰਗਠਨਾਂ ਦੇ ਫੋਰਮ ਨੇ, ਉਹਨਾਂ ਨੇ ਰੱਦ ਕੀਤਾ। ਅੱਜ ਅਸੀਂ ਜਾ ਕੇ ਉਹਨੂੰ ਪਹਿਲਾਂ ਤਾਂ ਇਹ ਦੱਸਣਾ ਵੀ ਜਿਹੜਾ ਤੁਹਾਡਾ ਪ੍ਰਸਤਾਵ ਸੀ ਉਹਨੂੰ ਅਸੀਂ ਰੱਦ ਕਰਦੇ ਹਾਂ। ਅਸੀਂ ਪਹਿਲੀ ਪੋਜੀਸ਼ਨ 'ਚ ਹਾਂ ਵੀ ਤਿੰਨੇ ਕਾਨੂੰਨ ਰਿਪੀਲ ਕੀਤੇ ਜਾਣ, ਅਤੇ ਕਿਉਂਕਿ ਸੰਘਰਸ਼ ਜਿਹੜਾ ਕੁਝ ਪੰਜਾਬ ਦੇ ਭਾਰਤ ਦੇ ਕੁਝ ਹਿੱਸੇ 'ਚ MSP ਮਿਲਦੀ ਸੀ, ਇਹ MSP ਤਾਂ ਹੀ ਸਾਰੇ ਦੇਸ਼ ਦੇ ਵਿੱਚ ਮਿਲ ਸਕਦੀ ਆ ਅਤੇ ਸਾਰੀਆਂ ਫਸਲਾਂ 'ਤੇ ਮਿਲ ਸਕਦੀ ਆ ਅਤੇ ਖਰੀਦ ਉਹਦੀ ਹੋ ਸਕਦੀ ਹੈ, ਜੇ ਇਹਨੂੰ ਕਾਨੂੰਨੀ ਗਰੰਟੀ MSP ਨੂੰ ਬਣਾਉਣ ਦੀ, ਉਹਦੀ ਜਿਹੜੀਆਂ ਫਸਲਾਂ ਦੀ MSP ਹੈਗੀ ਉਹਨਾਂ ਦੀ ਪੂਰੀ ਖਰੀਦ ਦੀ ਗਰੰਟੀ ਹੋਵੇ। ਇਹ ਸਾਡੇ ਮਸਲੇ ਨੇ ਜਿਹੜੇ ਅਸੀਂ ਉਹਨੂੰ ਦੁਬਾਰਾ ਤੋਂ ਮਤਲਬ ਉਹਨਾਂ ਨੂੰ ਇੱਕ ਦੁਹਰਾਉਣਾ ਹੀ ਆ। ਅੱਗੋਂ ਕੀ ਜਵਾਬ ਦਿੰਦੇ ਨੇ ਇਹ ਵੱਖਰੀ ਗੱਲ ਆ, ਪਰ ਇੱਕ ਗੱਲ ਤੁਹਾਨੂੰ ਸਪਸ਼ਟ ਰੂਪ 'ਚ ਦੱਸ ਦਵਾਂ ਵੀ ਇਸ ਵੇਲੇ ਗੌਰਮੈਂਟ ਬਹੁਤ ਜ਼ਿਆਦਾ ਅੰਡਰ ਪ੍ਰੈਸ਼ਰ 'ਚ ਆ। ਸਾਡਾ ਗੱਲਬਾਤ ਕਰਨ ਦਾ ਤਰੀਕਾ, ਆਰਗੂਮੈਂਟ ਸਾਡੇ ਬੁਲਾਰਿਆਂ ਦੇ, ਉਹ ਇੰਨੇ ਮਜ਼ਬੂਤ ਹੁੰਦੇ ਨੇ ਕਿ ਉਹਦਾ ਜਵਾਬ ਨਹੀਂ ਦੇ ਪਾਉਂਦੇ। ਦੂਜਾ ਪ੍ਰੈਸ਼ਰ ਜਿਹੜਾ ਅਸਲੀ ਪ੍ਰੈਸ਼ਰ ਆ, ਉਹ ਹੈਗਾ ਸਾਡੇ ਕਿਸਾਨ ਅੰਦੋਲਨ ਦਾ। ਕਿਸਾਨ ਅੰਦੋਲਨ ਨੂੰ ਦੁੱਗਣਾ ਤਿੱਗਣਾ ਹੁੰਦਾ ਜਾਂਦਾ ਹੈਗਾ। 26 ਤਰੀਕ ਨੂੰ ਜਿਹੜੀ ਪਰੇਡ ਅਸੀਂ ਕਰਨੀ ਆ, ਉਹ ਅਸੀਂ ਹਰ ਹਾਲਤ 'ਚ ਕਰਨੀ ਆ। ਸਾਡੀਆਂ ਮੀਟਿੰਗਾਂ, 3 ਮੀਟਿੰਗਾਂ ਪ੍ਰੀਸ਼ਨਲ ਅਫੀਸ਼ਲਸ ਨਾਲ ਹੋ ਚੁੱਕੀਆਂ ਨੇ, ਉਹਨਾਂ 'ਚ ਮੈਂ ਵੀ ਜਾਂਦਾ ਰਿਹਾ। ਉਹ 'ਚ ਵੀ ਕਲੀਅਰ ਕਰਕੇ ਆ ਵੀ ਸਾਡੀ ਪਰੇਡ ਕਰਨੀ ਓ ਕਰਨੀ ਆ, ਦਿੱਲੀ 'ਚ ਕਰਨੀ ਆ, ਰਿੰਗ ਰੋਡ 'ਤੇ ਕਰਨੀ ਆ। ਉਹ ਲਾਸਟ ਮੀਟਿੰਗ 'ਚ ਉਹਨਾਂ ਨੇ ਕਿਹਾ ਵੀ ਅਸੀਂ ਕੋਈ ਰਸਤਾ ਕੱਢਾਂਗੇ, ਤੁਹਾਨੂੰ ਦੇਵਾਂਗੇ, ਅੱਜ ਫਿਰ ਮੀਟਿੰਗ ਆ। ਇਸ ਲਈ ਉਹ ਜਿਹੜੀ ਪਰੇਡ ਕਰਨੀ ਆ, ਉਹਦੇ ਨਾਲ ਸਾਡਾ ਹੋਰ ਮਾਣ ਉੱਚਾ ਹੋਏਗਾ। ਔਰ ਸਾਰੇ ਜਿਹੜੇ ਪਰੇਡ ਕਰਨ ਆ ਰਹੇ ਲੋਕ, ਉਹਨਾਂ ਨੂੰ ਅਸੀਂ ਕਹਿ ਕੇ ਆ ਰਹੇ ਹਾਂ ਵੀ ਤੁਸੀਂ ਆਓ ਬੇਸ਼ੱਕ ਵਾਲੇ ਟਰੈਕਟਰ ਲੈ ਕੇ, ਪਰ ਇੱਥੇ ਇੰਤਜ਼ਾਮ ਤੁਹਾਡਾ ਪੂਰਾ ਹੋ ਜਾਏਗਾ, ਇਹ ਅਣਮਿੱਥੇ ਸਮੇਂ ਲਾਓ। ਸੋ 26 ਤਰੀਕ ਦਾ ਜਿਹੜਾ ਸੰਘਰਸ਼ ਆ, ਕੋਈ 26 ਤਰੀਕ ਮਾੜਾ ਜਿਵੇਂ ਕੱਟਾ ਕੱਟੀ ਕੱਢਣਾ ਜਾਂ 26 ਤਰੀਕ ਜਿਹੜਾ ਐਂਡ ਆ ਜਾਂ 26 ਤਰੀਕ ਕੋਈ ਲਾਸਟ ਡੇ, ਇਹ ਨਹੀਂ ਸਾਡਾ ਸੰਘਰਸ਼ ਅਣਮਿੱਥੇ ਸਮੇਂ ਲਈ, ਉਦੋਂ ਤੱਕ ਜਦੋਂ ਤੱਕ 3 ਕਾਨੂੰਨ ਰਿਪੀਲ ਨਹੀਂ ਹੁੰਦੇ, MSP ਨੂੰ ਲੀਗਲ ਸਟੇਟਸ ਨਹੀਂ ਮਿਲਦਾ ਔਰ ਇਹਦੀ ਖਰੀਦ ਯਕੀਨੀ ਨਹੀਂ ਹੁੰਦੀ। ਉਹ ਜਿਹੜੇ ਪਹਿਲਾਂ 2 ਮੰਗਾਂ ਮੰਨੀਆਂ ਨੇ, ਉਹਨੂੰ ਲਿਖਤੀ ਰੂਪ 'ਚ ਸਾਡੇ ਹੱਥ 'ਚ ਨਹੀਂ ਫੜਾਉਂਦੇ। ਇਹ 5 ਮੰਗਾਂ ਜਿਹੜੀਆਂ ਪੂਰੀਆਂ, ਉਹਨਾਂ 'ਚ ਅਣਮਿੱਥੇ ਸਮੇਂ ਲਈ ਸੰਘਰਸ਼ ਸਹਿਮਤੀ ਇਤਿਹਾਸ ਨਾਲ, ਸ਼ਾਂਤਮਈ ਨਾਲ, ਪੂਰੇ ਅਨੁਸ਼ਾਸਨ ਨਾਲ ਜਾਰੀ ਰਹੇਗਾ। ਜਗਮੋਹਨ ਜੀ, ਜਿਵੇਂ ਸਰਕਾਰ ਨੇ ਲਾਸਟ ਟਾਈਮ ਆਪਣਾ ਪ੍ਰਸਤਾਵ ਦਿੱਤਾ ਅਤੇ ਬਹੁਤ ਸਾਰਿਆਂ ਲੋਕਾਂ ਵੱਲੋਂ ਇਹ ਗੱਲ ਸਾਹਮਣੇ ਆਈ ਕਿ ਇਹ ਮੀਟਿੰਗ ਤਾਂ ਅੱਜ ਪਹਿਲੀ ਮੀਟਿੰਗ ਲੱਗਦੀ ਹੈ, ਕਿ ਪਹਿਲੀਆਂ ਮੀਟਿੰਗਾਂ ਦੇ ਵਿੱਚ ਇਹਨਾਂ ਸਰਕਾਰ ਨੇ ਕੁਛ ਨਹੀਂ ਕੀਤਾ, ਇਸ ਮੀਟਿੰਗ ਦੇ ਵਿੱਚ ਇਹਨਾਂ ਕੋਲ ਪ੍ਰਸਤਾਵ ਦਿੱਤਾ ਜੀ, ਅੱਜ ਫਿਰ ਕੋਈ ਐਵੇਂ ਦਾ ਪ੍ਰਸਤਾਵ ਦਿੰਦੇ ਨੇ ਕਿ ਇਹਦੇ ਵਿੱਚ ਕੁਛ ਹੋਰ ਜੋੜ ਦਿੰਦੇ ਨੇ, ਫਿਰ ਉਹਦੇ ਉੱਪਰ ਆਪਣੀ ਕੀ ਅਗਲੇਰੀ ਕਾਰਵਾਈ ਹੋਏਗੀ? ਦੇਖੋ ਬਲਜੀਤ ਜੀ, ਅਸਲ 'ਚ ਮਸਲਾ ਆਇਆ ਵੀ ਇਹ ਗੱਲ ਬਿਲਕੁਲ ਯਕੀਨ ਹੈ ਕਿ ਪਹਿਲਾਂ ਜਿਹੜੀਆਂ 9 ਮੀਟਿੰਗਾਂ ਹੋਈਆਂ ਸਨ, 9 ਮੀਟਿੰਗਾਂ ਦੇ ਵਿੱਚ ਇਹਨਾਂ ਨੇ ਕਮਰਾ ਬਿਲਕੁਲ ਬੰਦ ਸੀ, ਰੋਸ਼ਨਦਾਨ ਵੀ ਬੰਦ ਸੀ। ਹੁਣ ਇਹਨਾਂ ਨੇ ਇੱਕ ਵਿੰਡੋ ਖੁੱਲ੍ਹੀ ਆ, ਪਰ ਵਿੰਡੋ 'ਚ ਬਹੁਤ ਮੋਟੀ ਗ੍ਰਿੱਲ ਲੱਗੀ ਹੋਈ ਆ। ਉਹ ਅਸੀਂ ਗ੍ਰਿੱਲ ਆਪਦੇ ਸੰਘਰਸ਼ ਦੇ ਸਦਕਾ ਤੋੜਨੀ ਆ, ਔਰ ਇਹਨਾਂ ਨੂੰ ਉਹ ਆਪ ਹੀ ਪੇਚਕਸ ਨਾਲ ਖੋਲ੍ਹ ਕੇ ਕੱਢ ਲੈਣੀ ਚਾਹੀਦੀ ਆ। ਇਹੋ ਹੀ ਫਰਿਆਦ ਉੱਪਰ ਕਰਨ ਚੱਲੇ ਹਾਂ, ਗਏ ਨੇ ਸਾਡੇ, ਮਤਲਬ ਅਸੀਂ ਇਹੀ ਫਰਿਆਦ ਕਰਦੇ ਹਾਂ ਗੌਰਮੈਂਟ ਅੱਗੇ ਕਿ ਉਹ ਗ੍ਰਿੱਲ ਕੱਢ ਦਿਉ, ਸਾਨੂੰ ਰਸਤਾ ਦਿਉ, ਔਰ ਸਾਡੇ ਕਾਨੂੰਨ ਰੱਦ ਕਰੋ, ਉਹ ਸਾਰੀਆਂ ਮੰਗਾਂ ਮੰਨੋ। ਜਿਵੇਂ ਬਹੁਤ ਸਾਰੇ ਰੂਮਰ ਫੈਲਾਏ ਗਏ, ਬਹੁਤ ਸਾਰੇ ਲੀਡਰਾਂ ਨੂੰ ਟਾਰਗੇਟ ਕੀਤਾ ਗਿਆ, ਯੂਨੀਅਨਾਂ ਨੂੰ ਟਾਰਗੇਟ ਕੀਤਾ ਗਿਆ ਕਿ ਇਹ ਸਰਕਾਰ ਨੇ ਇਹਨਾਂ ਨੂੰ ਖਰੀਦ ਲਿਆ, ਇਹ ਸਰਕਾਰ ਦੇ ਇਸ਼ਾਰਿਆਂ 'ਤੇ ਕੰਮ ਕਰਦੇ ਨੇ, ਇਹ ਕਿਸੇ ਵੀ ਟਾਈਮ ਸਮਝੌਤਾ ਕਰ ਸਕਦੇ ਨੇ, ਉਹਦੇ ਉੱਪਰ ਤੁਸੀਂ ਉੱਦਾਂ ਦੇ ਸ਼ਰਾਰਤੀ ਅਨਸਰਾਂ ਨੂੰ ਕੀ ਕਹਿਣਾ ਚਾਹੋਗੇ? ਇਹ ਕੋਈ ਸ਼ਰਾਰਤੀ ਅਨਸਰ ਨਹੀਂ ਹੁੰਦੇ, ਇਹ ਅਸਲ 'ਚ ਗਦਾਰ ਹੁੰਦੇ ਨੇ, ਗਦਾਰ। ਇਹ ਗਦਾਰ ਲੋਕ ਇਹੋ ਜਿਹਾ ਕੰਮ ਕਰਦੇ ਹੁੰਦੇ ਨੇ ਜਿਨ੍ਹਾਂ ਨੇ ਮਤਲਬ ਇਸ ਕਿਸਮ ਦਾ ਕੁਝ ਹੀ ਹਰਕਤਾਂ ਕਰਨੀਆਂ ਹੁੰਦੀਆਂ ਨੇ, ਉਹਨਾਂ ਮੂੰਹ ਤੋੜ ਜਵਾਬ ਦੇਵਾਂਗੇ। ਇਹੀ ਦੇਖ ਲਓ ਵੀ ਸਾਡੇ ਵਿੱਚ ਬਹੁਤ ਲੰਬੀਆਂ, ਤੁਸੀਂ ਦੇਖੇ ਹੋਣਾ ਕੱਲ੍ਹ ਸਵੇਰ ਤੋਂ ਲੈ ਕੇ ਰਾਤ 10 ਵਜੇ ਤੱਕ, 10:30 ਵਜੇ ਮੀਟਿੰਗ, ਲੰਬਾ ਸਮਾਂ ਅਸੀਂ ਚਿੰਤਨ ਬਹੁਤ ਕੀਤਾ, ਪਰ ਜਮਹੂਰੀ ਢੰਗ ਨਾਲ ਫੈਸਲਾ ਕੀਤਾ। ਜਿਹੜਾ ਜਮਹੂਰੀ ਢੰਗ ਨਾਲ ਫੈਸਲਾ ਕਰਦੇ ਹਾਂ ਉਹੀ ਸਰਕਾਰ ਦੇ ਅੱਗੇ ਲਿਆ ਕੇ ਰੱਖਦੇ ਹਾਂ। ਇਸ ਲਈ ਸਾਡਾ ਇਹ ਇੱਕ ਮੁੱਠ ਹੈ, ਮਤਲਬ
ਸਿਰਫ ਪੰਜਾਬ ਦੀਆਂ ਜਥੇਬੰਦੀਆਂ ਨਹੀਂ, ਸਾਰਿਆਂ ਸੂਬੇ ਦੀਆਂ ਜਥੇਬੰਦੀਆਂ, ਫਿਰ ਸਾਂਝਾ ਸਾਡਾ ਜੁਆਇੰਟ ਫੋਰਮ ਇਕਮੁੱਠ ਹੋ ਕੇ ਸੰਘਰਸ਼ ਲੜ ਰਿਹਾ, ਔਰ ਸਾਡੀ ਏਕਤਾ ਜਿਹੜੀ ਆ ਉਹਦੇ ਕਰਕੇ ਹੀ ਸਾਨੂੰ ਬਲ ਮਿਲਿਆ ਜ਼ਿਆਦਾ, ਉਹਦੇ ਕਰਕੇ ਸਾਡੀ ਏਕਤਾ ਨੂੰ ਦੇਖ ਕੇ ਸਾਨੂੰ ਮਤਲਬ ਲੋਕ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਨੇ, ਆਮ ਲੋਕਾਈ ਸਪੋਰਟ ਕਰ ਰਹੀ ਆ, ਅਤੇ ਉਸੇ ਕਰਕੇ ਅਸੀਂ ਸਾਡੇ ਸਾਡਾ ਜਿੱਥੇ ਮਾਣ ਵਧਿਆ ਉੱਥੇ ਸਾਨੂੰ ਇਸ ਗੱਲ ਦਾ ਕੌਨਫੀਡੈਂਸ ਵੀ ਆ ਵੀ ਅਸੀਂ ਘੋਲ ਜਿੱਤ ਕੇ ਹੀ ਜਾਣਾ ਹੈ, ਕਿਉਂਕਿ ਜਦੋਂ ਸਾਨੂੰ ਇੰਨਾ ਜ਼ਿਆਦਾ ਮਾਣ ਮਿਲ ਜਾਵੇ ਤਾਂ ਜ਼ਿੰਮੇਵਾਰੀ ਬਹੁਤ ਵੱਧ ਜਾਂਦੀ, ਹੁਣ ਸਾਡੀ ਜ਼ਿੰਮੇਵਾਰੀ ਇਹ ਹੈ ਵੀ ਘੋਲ ਜਿੱਤ ਕੇ ਹੀ ਜਾਣਾ।